ਬਾਕੀ ਮੈਂ ਫੁੱਲ ਕਰਾ ਲਈ, ਫਿਰ ਆਪਾਂ ਗਾਂ ਜਾਂਦੇ ਹਾਂ ਸਿੱਧਾ ਮੋਗੇ। ਹਰੀ ਕੇ ਲੰਘ ਗਿਆ ਮੋਗੇ ਦਾ ਨਾ, ਆਪਾਂ ਕਿੰਨਾ ਟਾਈਮ ਲੱਗਣਾ ਯਾਰ? ਵੱਧ ਤੋਂ ਵੱਧ ਅੱਧਾ ਘੰਟਾ। ਟਰਬੋ ਟਰੈਕਟਰ ਨੂੰ ਜਿੰਨਾ ਸੀਟੀ ਦੀ ਆਵਾਜ਼ ਆਉਂਦੀ ਟਰਬੋ ਦੀ। ਮਿੱਤਰੋ ਤੇਲ ਪਾਉਣ ਰੁਕੇ ਹੋਏ ਹਾਂ, ਤੇਲ ਪਾਉਣ ਅਤੇ ਟੈਂਕੀ ਮੈਂ ਫੁੱਲ ਕਰਾ ਲਈ, ਫਿਰ ਆਪਾਂ ਗਾਂ ਜਾਂਦੇ ਹਾਂ ਸਿੱਧਾ ਮੋਗੇ। ਸਾਨੂੰ 4-5 ਘੰਟੇ ਲੱਗ ਜਾਣੇ ਆ ਕਿ 3-4 ਘੰਟੇ ਲੱਗਣੇ, ਪਹਿਲਾਂ ਟੈਂਕੀ ਫੁੱਲ ਕਰਾ ਲਈ, ਟਰੈਕਟਰ ਵੀ ਫਿਰ ਅੱਗੇ ਜਾਂਦੇ ਹਾਂ। ਸਾਨੂੰ ਟਰੈਕਟਰ ਦਿਖਾਉਂਦੇ ਹਾਂ, ਆਹ ਟਰੈਕਟਰ ਜੀ। ਨਿੱਘੇ ਕਰਾ ਤੂੰ ਨਿੱਘੇ ਬਸ ਇੱਥੋਂ। ਮੈਂ ਸੋਚਿਆ ਮੈਂ ਅੱਜ ਵੀ ਕੰਮ ਲੱਗਾ
ਜਿਹੜੇ ਸਾਰਾ ਨੰਦੇ ਪੈਦੇ ਆ ਆਪਣੀ ਲੋਕੇਸ਼ਨ ਤੇ ਪਹੁੰਚ ਚੁੱਕੇ ਆ। ਰੰਗ ਦਿਖਣ ਲੱਗ ਪਿਆ ਉਦੋਂ ਤੈਨੂੰ ਰੰਗ ਨੀ ਦਿਖਦਾ ਜਦੋਂ ਕੋਈ ਨੀ ਉੱਥੇ ਲਾਵਾਂਗੇ ਕੋਈ ਨੀ ਰੰਗ
ਬਕਸੇ ਸੁੱਟ ਦੇ ਦੇਖਦਾ ਸੋਹਣਾ ਹੋਇਆ। 15 minutes later ਪਾਪਾ ਫੇਰ ਮਾਰਦਾ ਆ। ਲੋ ਮਿੱਤਰੋ ਭੁੱਖ ਲੱਗੀ ਆ, ਇਹੋ ਕਰਦਾ ਕੰਮ ਤੇ ਚੱਲੇ ਕੁਝ ਖਾਣ ਪੀਣ। ਮੇਰਾ ਆਵਾਜ਼ ਆ ਆ ਸਾਰਾ ਮੋਗੇ ਦਾ ਬਾਜ਼ਾਰ ਜੀ ਇੱਧਰ ਉੱਧਰ। ਰੋਟੀ ਪਾਣੀ ਖਾ ਕੇ ਢਿੱਡ ਸਭ ਭਰ ਗਿਆ ਤੇ ਬੜੀ ਸਹੀ ਸੀ। ਓਕੇ ਰਿਪੋਰਟ ਜੀ। ਹਣਾ ਦਸ ਵਜੇ ਆ ਲੈਣੀ ਬਸ ਕਰੇ। ਲੋਕੀ ਪੁਰਾਣੇ ਜ਼ਮਾਨੇ ਖਾਂਦੇ ਰਹੇ ਆ ਮਿੱਠੀਆਂ ਗੋਲੀਆਂ। ਪੁਰਾਣੇ ਜ਼ਮਾਨੇ ਦੇ ਤਾਂ ਨਹੀਂ ਹੈਗੇ, ਕੱਲ੍ਹ ਹੁਣ ਨਵੀਂ ਪੈਕਿੰਗ ਹੋ ਗਈ ਹੈ ਨਾ। ਓਕੇ ਓਕੇ ਰਿਪੋਰਟ ਨਹੀਂ ਆ ਮਿੱਠੀ ਆ। ਦੂਜੀ ਟੇਸਟ ਕਰਾਵਾਂ ਤੈਨੂੰ। ਹਾਂ ਕਦੀ ਅੰਮ੍ਰਿਤਸਰ ਤੋਂ ਖਾਧੀ ਨੀ? ਮੋਗੇ ਦੀ ਸਪੈਸ਼ਲ ਵੇਖੀ ਕੱਲ ਉਹ ਪਤਾ ਨੀ ਲੱਗਾ ਸੀਟੀਆਂ ਬੜੀਆਂ ਵੱਜਣੀਆਂ ਟੈਟਰ ਦੀਆਂ ਮੈਂ ਅੱਜ ਪਤਾ ਨੀ ਲੱਗਾ ਫੋਨ ਸਾਈਲੈਂਟ ਤੇ ਉਹਨੇ ਵੇਖੀਆਂ ਨਹੀਂ ਸੜਕਾਂ ਨੇ ਵਿਖਾ ਕਰਨਾ ਜਿੱਦਾਂ ਜਦੋਂ ਬ੍ਰੇਕ ਲਾਈਦੀ ਆ ਉਦੋਂ ਸੀਟੀ ਨਾਲ ਹੀ ਜਦੋਂ ਆਪਾਂ ਜਾਣਾ ਪਰ ਇਸ ਦੇ ਕਿ ਛੱਡਣੀ ਨਾ ਸੀਟੀ ਵੱਜਣੀ ਰੇਸ ਹੁਣ ਜਾ ਕਰਨੀ ਉਹ ਪੈ ਨਹੀਂ ਉਹਦੇ ਵਿੱਚ ਜਦੋਂ ਪਰ ਰਸਤੇ ਜਾਣਾ ਮਣੀ ਜ਼ੋਰ ਵੀ ਬਣਾਉਣਾ ਇੱਥੇ ਹੱਲਾ ਨਾਲ ਅੱਛਾ ਸਾਫ ਕੋਈ ਤਰਾ ਕੇ ਫੇਰ ਹੀ ਜਾਵਾਂਗੇ। ਉਹ ਮਿੱਤਰੋ ਸੰਤਾ ਸਿੰਘ ਮਾਰਕੀਟ ਪਹੁੰਚ ਗਏ ਜੀ। ਸੰਤਾ ਸਿੰਘ ਖੂਹ ਵਾਲੇ ਨੇ ਮਿੱਥੋਂ ਬਣਾਈ ਖੂਹ ਵਾਲੇ ਨੇ ਕਿਹੜੇ ਖੂਹ ਵਾਲੇ ਮਾਰਕੀਟ ਜਾਂਗੇ ਜੇ ਆ ਬਿੱਲੀਆਂ ਲੱਗੀਆਂ ਆ ਵੀ ਬਿੱਲੀ ਲੱਗੀ ਬਿੱਲੀ ਮਿੱਤਰੋ ਜੀਪਾਂ ਜਾ ਕਰੋ ਦੀ ਬਾਹਰ ਫਿਰ ਜੀਪਾਂ ਜਾ ਕਰੋ ਆ ਵੀ ਜੀਪ ਵੇਖੋ ਨੀ ਗੱਡੀ ਅੰਦਰ ਵੀ ਲੱਗੀਆਂ ਤਿੰਨ ਵੀ ਜੀਪਾ ਚੌਂਕੇ ਕਾਰਾ ਠਾਡੋ ਇਹ ਤਿਆਰ ਹੋਣ ਦੀ ਪੇਂਟ ਬਣਾਉਣ ਦੀ ਆ। ਆਹ ਤੁਸੀਂ ਵੇਖਦੇ ਪਏ ਜਿਹੜਾ ਬਲੋਗ ਇਹ ਹੈ ਜੀਪਾਂ ਵਾਲੀ ਮਾਰਕੀਟ ਅਤੇ ਸਾਰੀਆਂ ਜੀਪਾਂ ਜਿਹੜੀਆਂ ਬਣਨ ਲਈਆਂ ਟੁੱਟੀਆਂ ਫੁੱਟੀਆਂ ਸਾਰੀਆਂ ਜੀਪਾਂ ਜਿਹੜੀਆਂ ਤਿਆਰ ਹੋਣਗੀਆਂ ਸਾਰੀ ਜੀਪਾਂ ਤੁਹਾਨੂੰ ਦਿਖਾਉਂਦੇ ਹਾਂ। ਥਾਰਾਂ ਵੀ ਲੱਗੀਆਂ ਹੋਈਆਂ ਜਿਪਸੀ ਜਿਪਸੀ ਜਾ ਕਰੋ ਮੋਨਸਟਰ ਮੋਨਸਟਰ ਆਹ ਜੀਪ ਚੈੱਕ ਕਰੋ ਓਏ ਹੋਏ ਹੋਏ ਟਾਇਰ ਵੇਖੋ ਜਿਪਸੀ A few moments later ਹਾਂਜੀ ਵੀ ਆਪਾਂ GS ਟਰਬੋ ਤੋਂ ਟਰਬੋ ਕਰਾਉਣਾ ਹੈ 55 ਨੰਬਰ
ਤੇ ਵੀਰ ਜੀ ਦੁਕਾਨ ਤੇ ਆਏ ਆ। ਵੀਰ ਜੀ ਦਾ ਬਹੁਤ ਵਧੀਆ ਜੈਨੂਅਲ ਕੰਮ ਹੈ। Two hours later. ਜਾਣੀ ਨਾ ਕਿ ਆਪਾਂ ਕੀ ਕਰਾਉਣਾ ਹੈ ਟਰੈਕਟਰ ਨੂੰ, ਆਪਾਂ ਕਰਾਉਣਾ ਹੈ ਟਰਬੋ। ਟਰੈਕਟਰ ਨੂੰ ਜਿੰਨਾ ਸੀਟੀ ਦੀ ਆਵਾਜ਼ ਆਉਂਦੀ ਟਰਬੋ ਦੀ, ਅਤੇ ਹਜੇ ਸਾਡੀ ਦੂਜੀ ਵਾਰੀ ਹੋਣ ਆਈ ਆ, ਅਤੇ ਟਰਬੋ ਦੀ ਆਵਾਜ਼ ਜਿਵੇਂ ਸੀਟੀ ਨਹੀਂ ਵੱਜਦੀ ਟਰੈਕਟਰ 'ਚ, ਉਵੇਂ ਆਪਾਂ ਕਰਾਉਣਾ ਇਹਦੀ ਪਿਛਲੀ ਸੀਨ ਦੇ ਵਿੱਚ ਵੇਖ ਲਿਆਉਣਾ ਵਾ। ਸਾਨੂੰ ਟਰਬੋ ਦੀ ਆਵਾਜ਼ ਸੁਣਾਉਂਦੇ ਹਾਂ, ਇਹਦੇ ਦੀ ਆਪਾਂ ਚਾਹ ਇੰਜੋਏ ਕਰਦੇ ਨੇ। ਅਤੇ ਚਾਹ ਵੇਲੇ ਗਰਮੀ ਆ ਪਰ ਲੱਗਦੀ ਨਹੀਂ ਪਈ, ਕਿਉਂਕਿ ਹੱਥ ਪੂਰੇ ਐਂ ਖਰੇ ਪਏ, ਇੰਨੀ ਠੰਡ ਲੱਗਣ ਦੀ ਨਾ। ਵਲੋਗ ਤੁਹਾਡੇ ਵਾਸਤੇ ਬਣਾਈ ਦੀ, ਇੰਨੀ ਠੰਡ 'ਚ ਇੰਨੀ ਦੂਰ ਆਈਦਾ ਠੰਡ ਦੇ ਵਿੱਚ, ਅਤੇ ਵਲੋਗ ਨਾ ਪਿਆਰ ਦਿਆ ਕਰੋ, ਵਲੋਗ ਨੂੰ ਸਪੋਰਟ ਕਰਿਆ ਕਰੋ। ਹੋਰ ਮਿੱਤਰੋ ਟਰਬੋ ਸੈਟ ਹੋ ਗਿਆ, ਚੈੱਕ ਕਰੋ ਤੁਸੀਂ। ਚਵੰਜਾ ਨੰਬਰ ਟਰਬੋ ਫਿੱਟ ਹੁੰਦੀ, ਜੀ ਐਸ ਟੀ ਨੰਬਰ ਕਤਲ ਕਰਾਏਂਗੀ ਤੂੰ। ਮੇਰੇ ਨਾਲ ਦੇ ਕਹਿੰਦੇ ਵੀ ਤੂੰ ਹੁਣ ਦਿਲ ਛੱਡ ਦੇ, ਮੈਂ ਕਿਹਾ ਕਿਉਂ ਛੱਡਦਾ, ਇਹ ਜਾ ਹੋਈ ਪੈ ਗਈ।
ਸੀਗਾ ਸਰ ਚੈੱਕ ਕਰੋ ਕਲਰ ਦਾ ਸਿਲੰਸਰ ਚੈੱਕ ਕਰੋ ਹੁਣ ਆਹ ਸਿਲੰਸਰ ਨੂੰ ਚੈੱਕ ਕਰਦੇ ਲੋ ਵੀ ਗਾਇਸ ਫਿੱਟ ਹੋਣ ਲੱਗ ਜਾ ਰਿਹਾ ਹੈ ਚਲੋ ਟੂ ਆਵਰਸ ਲੇਟਰ ਜੱਗ ਤੋਂ ਲੈਣੇ ਬਦਲੇ ਕਈਆਂ ਤੋਂ ਗਿਣ ਗਿਣ ਲਿਖੇ ਨੇ।